ਹੈਲੋ एवरीवन वेलकम टू ਸੰਦੀਪ ਕੋਕਰ ਲਰਨਿੰਗਸ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜਨਵਰੀ 2023 ਦੇ ਕੇਵਲ ਪੰਜਾਬ ਨਾਲ ਸੰਬੰਧਿਤ ਕਰੰਟ ਅਫੇਅਰ ਜਿਹੜੇ ਹੈਗੇ ਆ ਉਹ ਡਿਸਕਸ ਕਰਾਂਗੇ ਜੀ ਇਹ ਕਰੰਟ ਅਫੇਅਰ ਤੁਹਾਡੇ ਆਉਣ ਵਾਲੇ ਪੰਜਾਬ ਦੇ ਐਗਜ਼ਾਮ ਲਾਈਕ ਪੰਜਾਬ ਪੀਸ ਨੀਅਰ ਫਿਊਚਰ ਦੇ ਵਿੱਚ ਆਊਗਾ ਜਾਂ ਨਾਇਬ ਤਹਿਸੀਲਦਾਰ ਦਾ ਜਿਹੜਾ ਐਗਜ਼ਾਮ ਆ ਉਹ ਕੰਡਕਟ ਕਰਵਾਇਆ ਜਾਊਗਾ ਪੀਪੀਐਸਸੀ ਦੇ ਦੁਆਰਾ ਜਾਂ ਪੀਪੀਐਸਸੀ ਦੇ ਹੋਰ ਵੀ ਐਗਜ਼ਾਮਸ ਹੈਗੇ ਨੇ ਐਂਡ ਪੰਜਾਬ ਪੁਲਿਸ ਦੇ ਐਗਜ਼ਾਮ ਨੇ ਜਾਂ ਐਸਐਸ ਬੋਰਡ ਦੇ ਜਿਹੜੇ ਐਗਜ਼ਾਮ ਨੇ ਉਹਨਾਂ ਵਿੱਚ ਕਾਫੀ ਕੰਮ ਹੋਣਗੇ ਠੀਕ ਹੈ ਜੀ ਸੋ ਪਹਿਲਾ ਹੈਗਾ ਜੀ ਕਿ ਨੈਸ਼ਨਲ ਡਿਫੈਂਸ ਕਾਲਜ 63rd ਕੋਰਸ ਡੈਲੀਗੇਸ਼ਨ ਵਿਜ਼ਿਟਡ ਪੰਜਾਬ ਦੇਖੋ ਜੀ ਇਹਦੇ ਵਿੱਚ ਤੁਹਾਨੂੰ ਕੁਐਸਚਨ ਇੱਥੋਂ ਵੀ ਪੁੱਛਿਆ ਜਾ ਸਕਦਾ ਹੈ ਕਿ ਨੈਸ਼ਨਲ ਡਿਫੈਂਸ ਕਾਲਜ ਦੇ ਕਿੰਨੇਵੇਂ ਕੋਰਸ ਨੇ ਪੰਜਾਬ ਨੂੰ ਵਿਜ਼ਿਟ ਕੀਤਾ ਸੀਗਾ ਠੀਕ ਹੈ ਤਾਂ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਕਿ ਇਹਦਾ ਆਨਸਰ ਕੀ ਹੋਊਗਾ 63rd ਆਊਗਾ ਸੋ ਜਦੋਂ ਆਪਾਂ ਨੈਸ਼ਨਲ ਡਿਫੈਂਸ ਕਾਲਜ ਬਾਰੇ ਜਨਨ ਦੀ ਕੋਸ਼ਿਸ਼ ਕਰਦੇ ਆ ਤਾਂ ਇਹ ਦਿੱਲੀ ਦੇ ਵਿੱਚ ਲੋਕੇਟਡ ਹੈਗਾ ਜੀ ਐਂਡ ਇਹ ਨੈਸ਼ਨਲ ਸਿਕਿਉਰਿਟੀ ਐਂਡ ਸਟ੍ਰੈਟੇਜੀ ਲਰਨਿੰਗ ਨੂੰ ਲੈ ਕੇ ਇੰਡੀਆ ਦਾ ਐਪੈਕਸ ਇੰਸਟੀਟਿਊਸ਼ਨ ਹੈ ਐਪੈਕਸ ਦਾ ਮੀਨਿੰਗਾ ਇਸ ਤੋਂ ਉੱਪਰਲੇ ਲੈਵਲ ਦਾ ਇੰਸਟੀਟਿਊਸ਼ਨ ਹੋਰ ਕੋਈ ਨਹੀਂ ਹੈਗਾ ਐਂਡ ਇਹ ਸਟੈਬਲਿਸ਼ ਕੀਤਾ ਗਿਆ ਸੀ 1960 ਦੇ ਵਿੱਚ ਸੈਕੰਡ ਕਰੰਟ ਅਫੇਅਰ ਹੈਗਾ ਕਿ ਪੰਜਾਬ ਸਟੇਟ ਕੋਆਪਰੇਟਿਵ ਐਗਰੀਕਲਚਰ ਡਵੈਲਪਮੈਂਟ ਬੈਂਕ ਲਿਮਟਿਡ ਨੂੰ 85 ਕਰੋੜ ਦੀ ਜਿਹੜੀ ਅਸਿਸਟੈਂਸ ਆ ਉਹ ਜਨਵਰੀ ਦੇ ਵਿੱਚ ਪ੍ਰੋਵਾਈਡ ਕਰਵਾਈ ਗਈ ਹੈ ਐਂਡ ਇਸ ਤੋਂ ਪਹਿਲਾਂ ਵੀ ਦੇਖੋ ਜਿਹੜੀ ਅਸਿਸਟੈਂਸ ਆ ਉਹ ਪ੍ਰੋਵਾਈਡ ਕਰਵਾਈ ਗਈ ਸੀ ਇਟ ਮੀਨਸ ਕਿ ਜੋ ਹੁਣ ਟੋਟਲ ਅਸਿਸਟੈਂਸ ਆ ਉਹ ਹੋ ਜਾਂਦੀ ਜੀ 800 ਕਰੋੜ ਹੁਣ ਦੇਖੋ ਇੱਥੇ ਪੇਪਰ ਦੇ ਵਿੱਚ ਤੁਹਾਨੂੰ ਇਹ ਤਾਂ ਨਹੀਂ ਪੁੱਛਣਗੇ ਉਹ ਕਿ ਕਿੰਨੇ ਕਰੋੜ ਦੀ ਅਸਿਸਟੈਂਸ ਜਿਹੜੀ ਪ੍ਰੋਵਾਈਡ ਕਰਵਾਈ ਗਈ ਹੈ ਤੁਹਾਨੂੰ ਇੰਸਟੀਟਿਊਸ਼ਨ ਦਾ ਨਾਮ ਪੁੱਛਿਆ ਜਾਊਗਾ ਤਾਂ ਇੰਸਟੀਟਿਊਸ਼ਨ ਦਾ ਨਾਮ ਕੀ ਹੈ ਜੀ ਕੋਆਪਰੇਟਿਵ ਐਗਰੀਕਲਚਰ ਡਵੈਲਪਮੈਂਟ ਬੈਂਕ ਠੀਕ ਹੈ ਜੀ ਇਹ ਕੋਆਪਰੇਟਿਵ ਸਿਸਟਮ ਦੇ ਵਿੱਚ ਦੇਖੋ ਪੰਜਾਬ ਦੀ ਜਿਹੜੀ ਕੇਂਦਰੀ ਧੁਰਾਗਾ ਉਹ ਇਹ ਹੈਗਾ ਪੰਜਾਬ ਸਟੇਟ ਕੋਆਪਰੇਟਿਵ ਐਗਰੀਕਲਚਰ ਡਵੈਲਪਮੈਂਟ ਬੈਂਕ ਇਸ ਤੋਂ ਬਾਅਦ ਕੀ ਹੁੰਦੇ ਆ ਜਿਹੜੇ ਡਿਸਟ੍ਰਿਕਟ ਲੈਵਲ ਤੇ ਬੈਂਕ ਆ ਜਾਂਦੇ ਆ ਕੋਆਪਰੇਟਿਵ ਠੀਕ ਹੈ ਨਾ ਐਂਡ ਇਸ ਤੋਂ ਹੇਠਲੀ ਕਿਹੜੀ ਕੀ ਹੁੰਦੀ ਹੈ ਜਿਹੜੀਆਂ ਆਪਾਂ ਐਗਰੀਕਲਚਰ ਸੁਸਾਇਟੀਆਂ ਦੇਖਦੇ ਆ ਠੀਕ ਹੈ ਨਾ ਪਿੰਡਾਂ ਦੇ ਵਿੱਚ ਬਣੀਆਂ ਹੁੰਦੀਆਂ ਨੇ ਤਾਂ ਪਿੰਡਾਂ ਦੇ ਵਿੱਚ ਐਗਰੀਕਲਚਰ ਸੁਸਾਇਟੀਆਂ ਬਣੀਆਂ ਹੁੰਦੀਆਂ ਜਿੱਥੋਂ ਕਿ ਕਿਸਾਨਾਂ ਨੂੰ ਲਿਮਟਾਂ ਜਾਰੀ ਕੀਤੀ ਜਾਂਦੀਆਂ ਨੇ ਕਿੱਲੇ ਦਾ ਜਿਵੇਂ 13 ਕਹ ਹਜ਼ਾਰ ਰੁਪਏ 14 ਕਹ ਹਜ਼ਾਰ ਰੁਪਏ ਕਿਸਾਨ ਕ੍ਰੈਡਿਟ ਕਾਰਡ ਦੇ ਵਿੱਚ ਮਿਲਦਾ ਹੁੰਦਾ ਉਹਨਾਂ ਨੂੰ ਤਾਂ ਜਿਹੜੇ ਉਹ ਕਿਸਾਨ ਹੁੰਦੇ ਆ ਜੋ ਉਹ 13-14 ਹਜ਼ਾਰ ਰੁਪਏ ਕਿੱਲੇ ਦੇ ਮਗਰ ਕੋਈ ਰੇ ਲੈ ਕੇ ਆਉਂਦਾ ਕੋਈ ਸਪਰੇਅ ਲੈ ਕੇ ਆਉਂਦਾ ਜਾਂ ਜੋ ਕੈਸ਼ ਵੀ ਕਢਾ ਕੇ ਆਉਂਦੇ ਆ ਤਾਂ ਉਹ ਕੋਆਪਰੇਟਿਵ ਬੈਂਕ ਦੇ ਵਿੱਚ ਅੱਗੇ ਜਾ ਕੇ ਜਮਾ ਕਰਾਉਂਦੇ ਹੁੰਦੇ ਆ ਸੋ ਪਿੰਡਾਂ ਦੇ ਵਿੱਚ ਜਿਹੜੀਆਂ ਉਹ ਸ਼ਖਾਵਾਂ ਬਣੀਆਂ ਹੁੰਦੀਆਂ ਹਨ ਉਹਨਾਂ ਦਾ ਜਿਹੜਾ ਕੇਂਦਰੀ ਤੁਰਾਗਾ ਉਹ ਇਹ ਕੋਆਪਰੇਟਿਵ ਐਗਰੀਕਲਚਰ ਡਵੈਲਪਮੈਂਟ ਬੈਂਕ ਹੈਗਾ ਹੁਣ ਜੇਕਰ ਆਪਾਂ ਕੋਆਪਰੇਟਿਵ ਸਟਰਕਚਰ ਬਾਰੇ ਜਨਣ ਦੀ ਕੋਸ਼ਿਸ਼ ਕਰੀਏ ਇਹ ਸੰਵਿਧਾਨ ਦੇ ਵਿੱਚ 97th ਕਨਸਟੀਟਿਊਸ਼ਨਲ ਐਮੈਂਡਮੈਂਟ ਦਰਹੀਂ ਐਡ ਕੀਤਾ ਗਿਆ ਸੀ ਜੀ ਇਹ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈਗੀ ਹੈ ਠੀਕ ਹੈ ਨਾ ਦੋਨੋਂ ਪੇਪਰ ਦੇ ਵਿੱਚ ਇਹ ਪੁੱਛਿਆ ਜਾ ਸਕਦਾ ਹੈ ਕਿ 97th ਕਨਸਟੀਟਿਊਸ਼ਨਲ ਐਮੈਂਡਮੈਂਟ ਐਕਟ ਕਿਸ ਨਾਲ ਰਿਲੇਟਡ ਹੈ ਤਾਂ ਉਹਦਾ ਆਨਸਰ ਕੀ ਹੋਊਗਾ ਕੋਆਪਰੇਟਿਵ ਸਿਸਟਮ ਇਸ ਲੋ ਫੰਡਾਮੈਂਟਲ ਰਾਈਟਸ ਦੇ ਵਿੱਚ ਵੀ ਪ੍ਰੋਵੀਜ਼ਨ ਐਡ ਕੀਤੇ ਗਏ ਸੀ 19 ਕਲੋਜ਼ 1 ਕਲੋਜ਼ ਸੀ ਠੀਕ ਹੈ ਨਾ ਸੋ ਇਸ ਤੋਂ ਲਗਵਾ ਡਾਇਰੈਕਟ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਦੇ ਵਿੱਚ ਵੀ ਆਰਟੀਕਲ 43 ਬੀ ਐਡ ਕੀਤਾ ਗਿਆ ਸੀ ਐਂਡ ਇੱਕ ਨਿਊ ਪਾਰਟ ਵੀ ਐਡ ਕੀਤਾ ਗਿਆ ਸੀਗਾ ਪਾਰਟ 9 ਬੀ ਠੀਕ ਹੈ ਜੀ ਹੁ ਜੇਕਰ ਆਪਾਂ ਇਸ ਬੈਂਕ ਬਾਰੇ ਗੱਲ ਕਰੀਏ ਤਾਂ ਇਹ ਜਿਹੜੇ ਬੈਂਕ ਹੈਗੇ ਨੇ ਇਹ ਕ੍ਰੈਡਿਟ ਫੈਸਿਲਿਟੀਆਂ ਪ੍ਰੋਵਾਈਡ ਕਰਾਉਂਦੇ ਜ ਆਪਣੇ ਮੈਂਬਰਾਂ ਨੂੰ ਠੀਕ ਹੈ ਨਾ ਐਂਡ ਹੁਣ ਇਹਨਾਂ ਨੂੰ ਪੈਸਾ ਕਿੱਥੋਂ ਮਿਲਦਾ ਦੇਖੋ ਇਹਨਾਂ ਨੂੰ ਪੈਸਾ ਮਿਲਦਾ ਹੈਗਾ ਜੀ ਨਬਾਰਡ ਤੋਂ ਰੀਫਾਈਨਾਂਸ ਹੁੰਦੀ ਹੈ ਨਬਾਰਡ ਤੋਂ ਹੁਣ ਨਬਾਰਡ ਦੀ ਦੇਖੋ ਜੋ ਫੁੱਲ ਫਾਰਮੋਲ ਕੀ ਹੁੰਦੀ ਹੈ ਨੈਸ਼ਨਲ ਬੈਂਕ ਫਾਰ agriculture and rural development ਠੀਕ ਹੈ ਨਾ ਹੁਣ ਦੇਖੋ ਜੋ ਇਹ ਬੈਂਕ ਆ ਇਹਦੀ ਮੇਨ ਬ੍ਰਾਂਚ ਹੈਗੀ ਚੰਡੀਗੜ੍ਹ ਦੇ ਵਿੱਚ ਠੀਕ ਹੈ ਨਾ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸ ਗਿਆ ਆ ਕਿ ਇਸ ਤੋਂ ਬਾਅਦ ਇਹਨਾਂ ਦੇ ਸਬ-ਸ਼ਾਖਾਵਾਂ ਜਿਹੜੀਆਂ ਹੈਗੀਆਂ ਉਹ ਡਿਸਟ੍ਰਿਕਟ ਦੇ ਵਿੱਚ ਹੁੰਦੀਆਂ ਐਂਡ ਉਹਨਾਂ ਦੀਆਂ ਵੀ ਫਿਰ ਸਬ-ਸ਼ਾਖਾਵਾਂ ਜਿਹੜੀਆਂ ਹੈਗੇ ਪਿੰਡਾਂ ਦੇ ਵਿੱਚ ਹੁੰਦੀਆਂ ਟੋਟਲ 89 ਪ੍ਰਾਇਮਰੀ ਕੋਆਪਰੇਟਿਵ ਐਗਰੀਕਲਚਰ ਡਵੈਲਪਮੈਂਟ ਬੈਂਕਸ ਜਿਹੜੇ ਹੈਗੇ ਉਹ ਵੇਰੀਅਸ ਪਲੇਸਸ ਤੇ ਕੰਮ ਕਰਦੇ ਆ ਇਸ ਤੋਂ ਇਲਾਵਾ ਇਹਦੇ ਦੇਖੋ ਤਿੰਨ ਰੀਜਨਲ ਆਫਿਸਸ ਆ ਉਹ ਕਿੱਥੇ ਆ ਜੀ ਪਹਿਲਾ ਹੈਗਾ ਜਲੰਧਰ ਦੇ ਵਿੱਚ ਦੂਜਾ ਹੈਗਾ ਫਿਰੋਜ਼ਪੁਰ ਦੇ ਵਿੱਚ ਐਂ ਤੇ ਤੀਜਾ ਹੈਗਾ ਪਟਿਆਲਾ ਦੇ ਵਿੱਚ ਠੀਕ ਹੈ ਜੀ ਸੋ ਤੀਜੀ ਇੰਪੋਰਟੈਂਟ ਨਿਊਜ਼ ਹੈਗੀ ਜੀ ਕਿ ਪੰਜਾਬ ਨੇ ਪਬਲਿਕ ਮਾਈਨਿੰਗ ਦਾ ਜਿਹੜਾ ਕਨਸੈਪਟ ਆ ਉਹ ਇੰਟਰੋਡਿਊਸ ਕੀਤਾ ਹੈਗਾ ਪਬਲਿਕ ਮਾਈਨਿੰਗ ਦੇ ਵਿੱਚ ਦੇਖੋ ਕੀ ਹੋਏ ਕੋਈ ਵੀ ਪਰਸਨ ਜਿਹਨੂੰ ਕਿ ਰੇਤੇ ਦੀ ਜ਼ਰੂਰਤ ਆ ਜਿਹੜਾ ਘਰਾਂ ਦੇ ਵਿੱਚ ਆਪ ਨੂੰ ਦਿੱਤਾ ਚਾਹੀਦਾ ਹੁੰਦਾ ਠੀਕ ਹੈ ਨਾ ਉਹ ਰੇਤਾ ਜਿਹੜਾ ਹੈਗਾ ਉਹ ਸਿਰਫ 5.5 ਰੁਪਏ ਸਕੁਅਰ ਫੁੱਟ ਦੇ ਹਿਸਾਬ ਨਾਲ ਜਿਹੜਾ ਹੈਗਾ ਉਹ ਇਹਨਾਂ ਮਾਈਨਸ ਦੇ ਵਿੱਚੋਂ ਪਰਤੇਸ਼ ਕਰ ਸਕਦੇ ਆ ਇਹਦੇ ਲਈ ਉਹਨਾਂ ਨੂੰ ਕੀ ਕਰਨਾ ਪਊਗਾ ਉਹ ਆਪਦਾ ਵਹੀਕਲ ਲੈ ਕੇ ਜਾਣਗੇ ਆਪਦੀ ਲੇਬਰ ਲੈ ਕੇ ਜਾਣਗੇ ਉਹ ਟਰਾਲੀਆਂ ਭਰ ਕੇ ਲੈ ਆਉਣਗੇ ਕੋਈ ਜੀਸੀਬੀ ਉੱਥੇ ਲਾਉਡ ਨਹੀਂ ਹੈਗੀ ਜਿਵੇਂ ਆਪਾਂ ਦੇਖਦੇ ਹੁਣ ਉਹਨਾਂ ਨੇ ਕਿ ਜੀਸੀਬੀ ਨਾਲ ਜਿਹੜੇ ਟਰਾਲੇ ਉਹ ਭਰੇ ਜਾਂਦੇ ਆ ਤਾਂ ਇਹਨਾਂ ਪਬਲਿਕ ਮਾਈਨਸ ਦੇ ਵਿੱਚ ਜਿਹੜੀ ਇਹ ਪ੍ਰੋਵੀਜ਼ਨ ਹੈ ਇਹ ਅਵੇਲੇਬਲ ਨਹੀਂ ਹੋਣੀ ਕਿਸਾਨਾਂ ਨੂੰ ਆਪਦੇ ਸੰਸਦ ਸਦੇ ਲੈ ਕੇ ਜਾਣੇ ਪੈਣਗੇ ਐਂਡ ਆਪਣੇ ਆਪ ਜਿਹੜੀ ਉਹਨਾਂ ਨੂੰ ਸਾਰੀ ਭਰਾਈ ਆ ਉਹ ਕਰਨੀ ਪੈਣੀ ਠੀਕ ਹੈ ਜੀ ਅਗਲੀ ਨਿਊਜ਼ ਹੈਗੀ ਜੀ ਕਿ ਪੰਜਾਬ ਫਿਸ਼ਰੀ ਸੈਕਟਰ ਨੂੰ ਸਟੇਟ ਦੇ ਵਿੱਚ ਪ੍ਰਮੋਟ ਕਰ ਰਿਹਾ ਹੈ ਸੋ ਫਿਸ਼ਰੀ ਬਾਰੇ ਜਨਨਣਾ ਵੀ ਆਪਣੇ ਲਈ ਜ਼ਰੂਰੀ ਹੋ ਜਾਂਦਾ ਕਿ ਵਰਲਡ ਫਿਸ਼ਰੀ ਡੇ ਦੇਖੋ ਜੀ 21st ਆਫ ਨਵੰਬਰ ਨੂੰ ਮਨਾਇਆ ਜਾਂਦਾ ਸਾਰੇ ਵਰਲਡ ਦੇ ਵਿੱਚ ਸੋ ਇੰਡੀਆ ਦੇ ਵਿੱਚ ਵੀ ਇਹਨੂੰ ਮਨਾਇਆ ਜਾਂਦਾ ਹੈਗਾ ਐਂਡ ਜੇਕਰ ਆਪਾਂ ਇੰਡੀਆ ਦੇ ਵਿਦ ਰਿਸਪੈਕਟ ਟੂ ਗੱਲ ਕਰੀਏ ਤਾਂ ਇੰਡੀਆ ਸੈਕੰਡ ਮੇਜਰ ਪ੍ਰੋਡਿਊਸਰ ਹੈਗਾ ਜੀ ਵਰਲਡ ਲੈਵਲ ਤੇ ਫਿਸ਼ਰੀਜ਼ ਦਾ ਠੀਕ ਹੈ ਜੀ ਹੁਣ ਵੇਰੀਅਸ ਇਨੀਸ਼ੀਏਟਿਵਸ ਦੀ ਗੱਲ ਕਰੀਏ ਤਾਂ ਦੇਖੋ ਜੋ ਸਭ ਤੋਂ ਇੰਪੋਰਟੈਂਟ ਇਨੀਸ਼ੀਏਟਿਵ ਹੈਗਾ ਪੀਐਮ ਮਤਸਿਆ ਸੰਪਦਾ ਯੋਜਨਾ ਸਮ ਟਾਈਮਸ ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨ ਇਸ ਤਰ੍ਹਾਂ ਦਾ ਪੁੱਛਿਆ ਜਾ ਸਕਦਾ ਹੈ ਕਿ ਤੁਹਾਨੂੰ ਇਸ ਸਕੀਮ ਦਾ ਨਾਮ ਦੇ ਦੇਣਗੇ ਠੀਕ ਹੈ ਨਾ ਐਂਡ ਤੁਹਾਨੂੰ ਇਹ ਕਹਿਣਗੇ ਦੱਸੋ ਇਹ ਸਕੀਮ ਕਿਹੜੇ ਸੈਕਟਰ ਨਾਲ ਰਿਲੇਟਡ ਆ ਸੋ ਜੇਕਰ ਤੁਸੀਂ ਇਹ ਕਰੰਟ ਅਫੇਅਰ ਕਵਰ ਕੀਤਾ ਹੋਊਗਾ ਤੁਸੀਂ ਈਜ਼ੀਲੀ ਕੀ ਕਰ ਸਕਦੇ ਆ ਇਹਨੂੰ ਅਟੈਂਪਟ ਕਰ ਸਕਦੇ ਹੋ ਸੈਕੰਡ ਹੈਗਾ ਜੀ ਬਲੂ ਰੈਵੋਲੂਸ਼ਨ ਉਹ ਵੀ ਫਿਸ਼ਰੀ ਸੈਕਟਰ ਨਾਲ ਰਿਲੇਟਡ ਹੈ ਇਸ ਤੋਂ ਇਲਾਵਾ ਕਿਸਾਨ ਕ੍ਰੈਡਿਟ ਕਾਰਡ ਜਿਹੜਾ ਹੈਗਾ ਉਹ ਵੀ ਫਿਸ਼ਰੀ ਫਾਰਮਰਸ ਨੂੰ ਇਹਨਾਂ ਦੇ ਦੁਆਰਾ ਐਕਸਟੈਂਡ ਕੀਤਾ ਗਿਆ ਦੇਖੋ ਜੀ ਕਿਸਾਨ ਕ੍ਰੈਡਿਟ ਕਾਰਡ ਦੇ ਅੰਡਰ ਕੀ ਹੁੰਦਾ ਹੈਗਾ ਕਿ ਜਿਵੇਂ ਆਪਾਂ ਕਹਿੰਦੇ ਆ ਨਾ ਵੀ ਬੈਂਕਾਂ ਦੇ ਦੁਆਰਾ ਲਿਮਿਟਾਂ ਬਣਾਈਆਂ ਜਾਂਦੀਆਂ ਵੀ 1 ਕਿਲੋਮੈਟਰ 60000 ਰੁਪਏ ਮਿਲਦਾ ਕਿਸੇ ਬੈਂਕ ਦੁਆਰਾ ਕੋਈ ਬੈਂਕ 70000 ਦਿੰਦੀ ਹੈ ਕੋਈ ਬੈਂਕ 1.5 ਲੱਖ ਦੇਈ ਜਾਂਦੀ ਹੈ ਸੋ ਜਿਹੜੀ ਲਿਮਟ ਹੁੰਦੀ ਹੈ ਨਾ ਉਹਦਾ ਅਸਲ ਵਿੱਚ ਅਫੀਸ਼ੀਅਲ ਨਾਮ ਕਿਸਾਨ ਕ੍ਰੈਡਿਟ ਕਾਰਡ ਹੁੰਦਾ ਸੋ ਇਹ ਕੇ ਸੀ ਸੀ ਦੇ ਜਿਹੜੀ ਫੈਸਿਲਿਟੀ ਹੈ ਨਾ ਉਹ ਇਹਨਾਂ ਦੇ ਦੁਆਰਾ ਹੁਣ ਫਿਸ਼ਰੀ ਸੈਕਟਰ ਨੂੰ ਦਿੱਤੀ ਗਈ ਹੈ ਇਸ ਲਈ ਫਿਸ਼ਰੀ ਸਿਸਟਮ ਦੀਆਂ ਜਿਹੜੀਆਂ ਹੁੰਦੀਆਂ ਟੈਕਨੀਕਸ ਆ ਉਹਨਾਂ ਬਾਰੇ ਵੀ ਸਮ ਟਾਈਮਸ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਸੋ ਪਹਿਲਾ ਸਿਸਟਮ ਜਿਹੜਾ ਹੈਗਾ ਉਹ ਹੈਗਾ ਰੀ ਸਰਕੂਲੇਟਰੀ ਇਕੋ ਕਲਚਰ ਸਿਸਟਮ ਇਹ ਕਿਸਾਨਾਂ ਦੁਆਰਾ ਯੂਜ਼ ਕੀਤਾ ਜਾਂਦਾ ਜਿਹੜੇ ਫਿਸ਼ਰੀਜ਼ ਪ੍ਰੋਡਿਊਸ ਕਰਦੇ ਆ ਇਸ ਤੋਂ ਇਲਾਵਾ ਬਾਇਓ ਫਲੌਕ ਕਲਚਰ ਇਹ ਵੀ ਜਿਹੜਾ ਹੈਗਾ ਯੂਜ਼ ਕੀਤਾ ਜਾਂਦਾ ਠੀਕ ਹੈ ਜੀ ਇਸ ਲਾਗੇ ਜੀ ਪੰਜਾਬ ਸਰਕਾਰ ਦੇ ਦੁਆਰਾ ਦੇਖੋ ਇੱਕ ਨਿਊ ਗਵਰਨਮੈਂਟ ਫਿਸ਼ ਸੀਡ ਫਾਰਮ ਜਿਹੜਾ ਹੈਗਾ ਉਹ ਵਿਲੇਜ ਕਿੱਲਿਆਂ ਵਾਲੀ ਵਿਖੇ ਜਿਹੜਾ ਹੈਗਾ ਉਹ ਬਣਾਇਆ ਜਾਊਗਾ ਐਂਡ ਵਿਲੇਜ ਕਿੱਲਿਆਂ ਵਾਲੀ ਕਿੱਥੇ ਹੈਗਾ ਜੀ ਫਜ਼ਲਕਾ ਦੇ ਵਿੱਚ ਇਹ ਬਹੁਤ ਇੰਪੋਰਟੈਂਟ ਕਰੰਟ ਅਫੇਅਰ ਹੈ ਤੁਹਾਡੇ ਪੇਪਰ ਦੇ ਪੁਆਇੰਟ ਆਫ View ਤੋਂ ਠੀਕ ਹੈ ਜੀ ਕਿ ਸ਼ਹੀ ਇੱਕ ਨਾ ਸ਼ਹੀਦ ਭਗਤ ਸਿੰਘ ਸਪੋਰਟਸ ਸਟੇਡੀਅਮ ਇਹ ਵੀ ਨਿਊਜ਼ ਦੇ ਵਿੱਚ ਰਿਹਾ ਸੀ ਇਹ ਨਿਊਜ਼ ਦੇ ਵਿੱਚ ਇਸ ਕਰਕੇ ਰਿਹਾ ਸੀਗਾ ਬਿਕੋਜ਼ ਭਗਵੰਤ ਮਾਨ ਜੀ ਦੁਆਰਾ ਆਪ ਨੂੰ ਪਤਾ ਕਿ ਜੋ ਝੰਡਾ ਲਹਿਰਾਉਣ ਦੀ ਰਸਮ ਪਬਲਿਕ ਡੇ ਤੇ ਉਹ ਬਠਿੰਡਾ ਵਿੱਚ ਇਹਦਾ ਕੀਤੀ ਗਈ ਸੀ ਐਂਡ ਉਹ ਇਸੇ ਸਟੇਡੀਅਮ ਦੇ ਵਿੱਚ ਸੀਗੀ ਸ਼ਹੀਦ ਭਗਤ ਸਿੰਘ ਸਪੋਰਟਸ ਸਟੇਡੀਅਮ ਐਂਡ ਉਹ ਕਿੱਥੇ ਹੈਗਾ ਬਠਿੰਡਾ ਦੇ ਵਿੱਚ ਠੀਕ ਹੈ ਜੀ ਇਸ ਦੇ ਨਾਲ ਬੇਖੋ ਗਵਰਨਮੈਂਟ ਵੱਲੋਂ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ ਐਂਡ ਕਨਵਰਦੀਪ ਸਿੰਘ ਜੀ ਨੂੰ ਨਵਾਂ ਚੇਅਰਮੈਨ ਲਾਇਆ ਗਿਆ ਕੀਤਾ ਦੀ ਸਟੇਟ ਚਾਈਲਡ ਰਾਈਟਸ ਪ੍ਰੋਡਕਸ਼ਨ ਕਮਿਸ਼ਨ ਦਾ ਠੀਕ ਹੈ ਸੋ ਜੇਕਰ ਆਪਾਂ ਸਟੇਟ ਚਾਈਲਡ ਰਾਈਟ ਪ੍ਰੋਡਕਸ਼ਨ ਕਮਿਸ਼ਨ ਦੀ ਗੱਲ ਕਰਦੇ ਤਾਂ ਆਪਾਂ ਨੂੰ ਪਤਾ ਹੈ ਮਿਨਿਸਟਰੀ ਆਫ ਔਮਨ ਐਂਡ ਚਾਈਲਡ ਡਿਵੈਲਪਮੈਂਟ ਦੇ ਅੰਡਰ ਆ ਜਾਂਦਾ ਹੈ ਸੋ ਇੱਥੇ ਆਪਣੇ ਲਈ ਇਹ ਵੀ ਜਾਨਣਾ ਜ਼ਰੂਰੀ ਹੋ ਜਾਂਦਾ ਹੈ ਕਿ ਸੋਸ਼ਲ ਸਿਕਿਉਰਿਟੀ, ਔਮਨ ਐਂਡ ਚਾਈਲਡ ਡਿਵੈਲਪਮੈਂਟ ਮਿਨਿਸਟਰ ਕੌਣ ਹੈ ਤਾਂ ਉਹਨਾਂ ਦਾ ਨਾਮ ਹੈਗਾ ਜੀ ਬਲਜੀਤ ਕੌਰ। ਠੀਕ ਹੈ ਜੀ। ਸੋ ਇੱਕ ਜਿਹੜੀ ਅਗਲੀ ਨਿਊਜ਼ ਵੀ ਬਹੁਤ ਇੰਪੋਰਟੈਂਟ ਹੈ ਕਿ ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਲਾਂਚਡ ਕੰਟਰੀਜ਼ ਫਰਸਟ ਆਫ ਇਟਸ ਕਾਈਂਡ। ਦੇਖੋ ਜੀ ਜੋ ਪੰਜਾਬ ਦੀ ਇਹ ਇੰਸਟੀਟਿਊਸ਼ਨ ਹੈਗੀ ਆ ਇਹਨਾਂ ਨੇ ਦੇਸ਼ ਭਰ ਦੇ ਵਿੱਚੋਂ ਠੀਕ ਹੈ ਨਾ ਪਹਿਲੀ ਵਾਰ ਇੱਕ ਸਟੇਟ ਲੈਵਲ ਸਾਇੰਸ ਟੈਕਨੋਲੋਜੀ ਇਨੋਵੇਸ਼ਨ ਡਾਟਾ ਪੋਰਟਲ ਲਾਂਚ ਕੀਤਾ ਪੰਜਾਬ ਪਹਿਲੀ ਸਟੇਟ ਆ ਦੇਖੋ ਇੰਡੀਆ ਦੀ ਜਿਹੜੀ ਕਿ ਐਸਾ ਕਰਨ ਦੇ ਵਿੱਚ ਕਾਮਯਾਬ ਹੋਈ ਹੈ ਐਂਡ ਇਹ ਕਿਹਦੇ ਸਹਿਯੋਗ ਨਾਲ ਕੀਤਾ ਗਿਆ ਹੈ ਸੈਂਟਰ ਫਾਰ ਟੈਕਨੋਲੋਜੀ ਇਨੋਵੇਸ਼ਨ ਐਂਡ ਇਕਨੋਮਿਕ ਰਿਸਰਚ ਸੈਂਟਰ ਪੂਨੇ ਠੀਕ ਹੈ ਨਾ ਐਂਡ ਸੀ ਡੈਕ ਮਹਾਲੀ ਹੁਣ ਦੇਖੋ ਕਈ ਵਾਰ ਤੁਹਾਨੂੰ ਨਾ ਇਥੋਂ ਕੁਐਸਚਨ ਇਥੋਂ ਹੀ ਪੁੱਛਿਆ ਜਾ ਸਕਦਾ ਹੈ ਕਿ ਸੀ ਡੈਕ ਪੰਜਾਬ ਦੇ ਵਿੱਚ ਕਿੱਥੇ ਲੋਕੇਟਡ ਆ ਸੋ ਦਾ ਆਨਸਰ ਕੀ ਹੋਊਗਾ ਮਹਾਲੀ ਠੀਕ ਹੈ ਜੀ ਇਸ ਤੋਂ ਇਲਾਵਾ ਸੈਂਟਰ ਫਾਰ ਟੈਕਨੋਲੋਜੀ ਇਨੋਵੇਸ਼ਨ ਐਂਡ ਇਕਨੋਮਿਕ ਸਰਚ ਬਾਰੇ ਪੁੱਛਿਆ ਜਾ ਸਕਦਾ ਕਿ ਇਹਦਾ ਹੈੱਡਕੁਆਟਰ ਕਿੱਥੇ ਦਾ ਉਹਦਾ ਆਨਸਰ ਕੀ ਹੋਊਗਾ ਪੂਨੇ ਠੀਕ ਹੈ ਸੋ ਹੁਣ ਨੈਕਸਟ ਹੈਗਾ ਜੀ ਕਿ ਪੰਜਾਬ ਸੀਐਮ ਨੇ ਬੰਬੇ ਸਟਾਕ ਐਕਸਚੇਂਜ ਵਿਜ਼ਿਟ ਕੀਤਾ ਸੀਗਾ ਸੋ ਹੁਣ ਬੰਬੇ ਸਟਾਕ ਐਕਸਚੇਂਜ ਬਾਰੇ ਜਾਨਣਾ ਵੀ ਆਪਣੇ ਲਈ ਜ਼ਰੂਰੀ ਹੋ ਜਾਂਦਾ ਹੁਣ ਇਹ ਕਿਉਂ ਜ਼ਰੂਰੀ ਹੈ ਬਿਕੋਜ਼ ਆਪਾਂ ਨੂੰ ਪਤਾ ਹੈ ਕਿ ਦੇਖੋ ਪੰਜਾਬ ਸਰਕਾਰ ਕਾਫੀ ਇਨੀਸ਼ੀਏਟਿਵ ਲੈ ਰਹੀ ਹੈ ਆਪਣੀ ਸਟੇਟ ਦੇ ਵਿੱਚ ਇੰਡਸਟਰੀ ਲਿਆਉਣ ਦੀ ਖਾਤਰ ਠੀਕ ਹੈ ਨਾ ਸੋ ਇਸ ਕਰਕੇ ਜਿਹੜੇ ਸੀਐਮ ਆ ਉਹ ਕਾਫੀ ਜਗ੍ਹਾ ਦੇ ਉੱਪਰ ਜਾ ਰਹੇ ਆ ਸੋ ਇਸੇ ਕੜੀ ਤਹਿਤ ਉਹਨਾਂ ਨੇ ਬੰਬੇ ਸਟਾਕ ਐਕਸਚੇਂਜ ਵਿਜ਼ਿਟ ਕੀਤਾ ਸੀਗਾ ਹੁਣ ਬੰਬੇ ਸਟਾਕ ਐਕਸਚੇਂਜ ਬਾਰੇ ਜਾਨਣਾ ਆਪਣੇ ਲਈ ਜ਼ਰੂਰੀ ਹੈ ਇਟ ਇਜ਼ ਇੰਡੀਆਜ਼ ਫਰਸਟ ਐਂਡ ਲਾਰਜੈਸਟ ਸਟਾਕ ਐਕਸਚੇਂਜ ਦਿਸ ਇਜ਼ ਰੀਲੀ ਰੀਲੀ ਇੰਪੋਰਟੈਂਟ ਐਂਡ ਆਲਸੋ ਇਹ ਏਸ਼ੀਆ ਦੀ ਵੀ ਫਸਟ ਜਿਹੜੀ ਸਟਾਕ ਐਕਸਚੇਂਜ ਹੈ ਦਲਾਲ ਸਟਰੀਟ ਵਿਖੇ ਜਿਹੜੀ ਇਹ ਫਾਊਂਡ ਹੋਈ ਸੀ ਦੇਖੋ ਤੁਹਾਨੂੰ ਪੇਪਰ ਇੱਥੇ ਵੀ ਕੁਐਸਚਨ ਆ ਸਕਦਾ ਕਿ ਦਲਾਲ ਸਟਰੀਟ ਕੀ ਨਾਲ ਰਿਲੇਟਡ ਹੈ ਤਾਂ ਉਹਦਾ ਆਨਸਰ ਕਿਉਂਕਿ ਬੰਬੇ ਸਟਾਕ ਐਕਸਚੇਂਜ ਹੁਣ ਇੱਕ ਨਾ ਆਪਾਂ ਇੰਡੈਕਸ ਜਿਹੜਾ ਪੜ੍ਹਦੇ ਹੁੰਨੇ ਆ ਸੈਂਸੈਕਸ ਇਹ ਬੰਬੇ ਸਟਾਕ ਐਕਸਚੇਂਜ ਨਾਲ ਰਿਲੇਟਡ ਹੈ ਇਹ ਕੀ ਹੁੰਦਾ ਦੇਖੋ ਇਟ ਇਜ਼ ਅ ਬੈਂਚਮਾਰਕ ਇੰਡੈਕਸ ਆਫ 30 of a Bombay Stock Exchange largest and most traded equities ਜਿਹੜੀਆਂ ਟਾਪ 30 ਇਕਵਿਟੀਆਂ ਹੁੰਦੀਆਂ ਹਨ ਉਹਨਾਂ ਦਾ ਬੈਂਚਮਾਰਕ ਇਹ ਇੰਡੈਕਸ ਹੁੰਦਾ ਹੈਗਾ ਇਹਨੂੰ BSE 30 ਦੇ ਨਾਮ ਨਾਲ ਵੀ ਜਾਣਿਆ ਜਾਂਦਾ ਠੀਕ ਹੈ ਜੀ ਸੋ ਇਹ ਪੁਆਇੰਟ ਵੀ ਜਿਹੜਾ ਹੈਗਾ ਤੁਸੀਂ ਧਿਆਨ ਦੇ ਵਿੱਚ ਰੱਖਨੇ ਸੋ ਨੈਕਸਟ ਹੈਗਾ ਜੀ ਕਿ ਨੈਸ਼ਨਲ ਸਿੱਖ ਗੇਮਸ 2022 ਦੇ ਵਿੱਚ ਪਟਿਆਲਾ ਦੇ ਨੌਜਵਾਨਾਂ ਨੇ ਤਗਮੇ ਜਿੱਤੇ ਗਏ ਸੀਗੇ ਉਹਨਾਂ ਦੇ ਵਿੱਚ ਹੈਗਾ ਜੀ ਇਕਾਂਵੀਰ ਸਿੰਘ ਐਂਡ ਮਹਾਲੀ ਦਾ ਕਰਮਵੀਰ ਸਿੰਘ ਇਹਨਾਂ ਨੇ ਬੁਡੋ ਕਾਈਡੋ ਮਿਕਸਡ ਮਾਰਸ਼ਲ ਆਰਟਸ ਦੇ ਵਿੱਚ 골ਡ ਮੈਡਲ ਵਿਨ ਕੀਤਾ ਸੀਗਾ ਹੁਣ ਦੇਖੋ ਜਿਹੜੀਆਂ ਇਹ ਨੈਸ਼ਨਲ ਸਿੱਖ ਗੇਮਸ ਹੈਗੀਆਂ ਨਾ ਇਹ ਇੱਕ ਆਰਗੇਨਾਈਜੇਸ਼ਨ ਆ ਸਿੱਖ ਗੇਮਸ ਫੈਡਰੇਸ਼ਨ ਆਫ ਇੰਡੀਆ ਜੋ ਕਿ ਇੱਕ ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨ ਆ ਉਹਦੇ ਦੁਆਰਾ ਕੰਡਕਟ ਕਰਵਾਈਆਂ ਜਾਂਦੀ ਹੈਗੀਆਂ ਐਂਡ ਦਿੱਲੀ ਦੇ ਵਿੱਚ ਇਹ ਕੰਡਕਟ ਕਰਵਾਈਆਂ ਗਈਆਂ ਸੀਗੀਆਂ ਐਂਡ ਜੋ 2022 ਦਾ ਐਡੀਸ਼ਨ ਸੀਗਾ ਉਹ 4th ਐਡੀਸ਼ਨ ਸੀਗਾ ਠੀਕ ਹੈ ਜੀ ਸੋ ਇੱਕ ਨੈਕਸਟ ਇੰਪੋਰਟੈਂਟ ਜੋ ਨਿਊਜ਼ ਹੈਗੀ ਉਹ ਹੈਗੇ ਜੀ ਅਮਨ ਅਰੋੜਾ ਜੀ ਬਾਰੇ ਐਂਡ ਅਮਨ ਅਰੋੜਾ ਜੀ ਮਿਨਿਸਟਰ ਆਫ ਪ੍ਰਿੰਟਿੰਗ ਐਂਡ ਸਜੈਸ਼ਨਰੀ ਲਾਇਏ ਗਏ ਸੀਗੇ ਠੀਕ ਹੈ ਸੋ ਨੈਕਸਟ ਹੈਗਾ ਜੀ ਕਿ ਪੰਜਾਬ ਗਵਰਨਮੈਂਟ ਨੇ ਸਪੈਸ਼ਲ ਜੈਕਟਸ ਲਾਂਚ ਕੀਤੇ ਸੀਗੇ ਐਕਸਾਈਜ਼ ਡਿਪਾਰਟਮੈਂਟ ਦੇ ਅਫੀਸ਼ੀਅਲਸ ਦੇ ਸੋ ਥੈਟ ਕਿ ਜਦੋਂ ਵੀ ਕਿਤੇ ਛਾਪੇ ਮਾਰਨ ਜਾਣ ਤਾਂ ਉਹ ਸੈਗਰੀਗੇਸ਼ਨ ਪੋਸੀਬਲ ਹੋ ਸਕੇ ਠੀਕ ਹੈ ਨਾ ਸੋ ਐਕਸਾਈਜ਼ ਮਿਨਿਸਟਰ ਬਾਰੇ ਜਾਣਨਾ ਆਪਣੇ ਲਈ ਵੀ ਜ਼ਰੂਰੀ ਹੋ ਜਾਂਦਾ ਐਂਡ ਐਕਸਾਈਜ਼ ਮਿਨਿਸਟਰ ਕੌਣ ਹੈ ਇਹ ਆਪਣੇ ਰਪਾਲ ਸਿੰਘ ਚੀਮਾ ਨੇ ਜੋ ਕਿ ਆਪਣੇ ਫਾਈਨੈਂਸ ਮਿਨਿਸਟਰ ਵੀ ਨੇ ਸੋ ਇੱਕ ਹੋਰ ਜੋ ਨਿਊਜ਼ ਸਿਗੀ ਇੰਪੋਰਟੈਂਟ ਕਿ ਹੈਕਸਾਕਾਪਟਰ ਐਂਡ ਕੁਆਡਕਾਪਟਰ ਡਰੋਨਸ ਨੂੰ ਸ਼ੂਟ ਡਾਊਨ ਕੀਤਾ ਗਿਆ ਸਿਗਾ ਹੁਣ ਦੇਖੋ ਕਈ ਵਾਰ ਤੁਹਾਨੂੰ ਕੁਐਸਚਨ ਇੱਥੋਂ ਵੀ ਆ ਸਕਦਾ ਹੈ ਹੈਕਸਾਕਾਪਟਰ ਐਂਡ ਕੁਆਡਕਾਪਟਰ ਕੀ ਹੈ ਤੁਹਾਨੂੰ ਉੱਥੇ ਆਪਸ਼ਨ ਦੇ ਵਿੱਚ ਦਿੱਤਾ ਹੋ ਸਕਦਾ ਡਰੋਨ ਆ ਜਾਂ ਕੋਈ ਨਵੀਂ ਕੋਈ ਟੈਕਨੋਲੋਜੀ ਆ ਠੀਕ ਹੈ ਨਾ ਜਾਂ ਹੋਰ ਦੋ ਆਪਸ਼ਨ ਦੇ ਕੋਲ ਜਾ ਸਕਦੇ ਤਾਂ ਉਹਦਾ ਆਨਸਰ ਕੀ ਹੋਊਗਾ ਡਰੋਨ ਹੋਊਗਾ ਤੁਸੀਂ ਟਰਮਾਂ ਯਾਦ ਰੱਖਣੀਆਂ ਹੈਕਸਾਕਾਪਟਰ ਐਂਡ ਕਵਾਡਕਾਪਟਰ ਦੇਖੋ ਹੈਕਸਾ ਦਾ ਮੀਨਿੰਗ ਹੁੰਦਾ 6 ਕਵਾਡ ਦਾ ਮੀਨਿੰਗ ਹੁੰਦਾ 4 ਠੀਕ ਹੈ ਨਾ ਆਪਾਂ ਨੂੰ ਪਤਾ ਕਿ ਜਿਹੜੀਆਂ ਉਹਦੇ ਪਰ ਪੱਖੀਆਂ ਜਿ ਲੱਗੀਆਂ ਹੁੰਦੀਆਂ ਨੇ ਜਿਹੜੇ ਘੁੰਮ ਰਹੀਆਂ ਹੁੰਦੀਆਂ ਤਾਂ ਹੈਕਸਾਕਾਪਟਰ ਤੇ ਪਰ 6 ਲੱਗੀਆਂ ਹੁੰਦੀਆਂ ਮੋਟਰਾਂ ਉਹ ਕਵਾਡਕਾਪਟਰ ਦੇ ਵਿੱਚ ਕਿੰਨੇ ਲੱਗੀਆਂ ਹੁੰਦੀਆਂ 4 ਲੱਗੀਆਂ ਹੁੰਦੀਆਂ ਠੀਕ ਹੈ ਜੀ ਜਿਵੇਂ ਟਰਾਈਕਾਪਟਰ ਉਹਦੇ 3 ਲੱਗੀਆਂ ਹੁੰਦੀਆਂ ਹੁਣ ਅੱਥੇ ਡਰੋਨ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਡਰੋਨ ਨੂੰ ਅਨਮੈਂਡ 에ਰੀਅਲ ਵੀਕਲ ਵੀ ਕਹਿੰਦੇ ਆ ਕੋਈ ਦੇਖੋ ਇਹਦੇ ਵਿੱਚ ਬੰਦਾ ਨਹੀਂ ਬੰਦਾ ਹੁੰਦਾ ਨਾ ਇਹ ਡਰੋਨ ਰੂਲਸ 202 ਐਂਡ ਕਿਹਦੇ ਅੰਡਰ ਹੁੰਦੇ ਇਹ ਅੰਡਰ ਡਾਇਰੈਕਟਰ ਜਨਰਲ ਆਫ ਸਿਵਲ ਐਵੀਏਸ਼ਨ ਜਿਹੜੇ ਡਰੋਨਸ ਹੁੰਦੇ ਦੇਖੋ ਇਹ ਸਿਰਫ 500 ਕਿਲੋ ਦੇ ਜਿਹੜੇ ਡਰੋਨ ਆ ਉਥੋਂ ਤੱਕ ਹੀ ਇਹ ਐਪਲੀਕੇਬਲ ਜੋ 500 ਕਿਲੋ ਤੋਂ ਉੱਪਰਲੇ ਡਰੋਨ ਹੈਗੇ ਆ ਉਹ 에ਅਰਲਾਈਨਸ ਦੇ ਅੰਡਰ ਆ ਜਾਂਦੇ ਆ ਠੀਕ ਹੈ ਨਾ ਐਂਡ ਇਸ ਤੋਂ ਇਲਾਵਾ ਦੇਖੋ ਜਿਹੜੇ ਡਰੋਨ ਰੂਲਸ ਆ ਦੀਜ਼ ਆਰ ਐਪਲੀਕੇਬਲ ਓਨਲੀ ਫਾਰ ਕਵਰੇਜ ਫਾਰ ਸਿਵਿਲਿਅਨ ਯੂਜ਼ ਠੀਕ ਹੈ ਨਾ ਜੋ ਕੋਈ ਸਿਵਿਲਿਅਨ ਯੂਜ਼ ਕਰ ਰਿਹਾ ਜਿਵੇਂ ਫੋਟੋਗ੍ਰਾਫਰ ਯੂਜ਼ ਕਰ ਰਿਹਾ ਜਾਂ ਕੋਈ ਹੋਰ ਪਰਸਨ ਯੂਜ਼ ਕਰ ਰਿਹਾ ਹੈ ਉਹਨਾਂ ਦੇ ਲਈ ਐਪਲੀਕੇਬਲ ਹੈ ਜੋ ਕਿ ਮੰਨ ਲਓ ਆਰਮਡ ਫੋਰਸਸ ਯੂਜ਼ ਕਰ ਰਹੀਆਂ ਜਿਵੇਂ ਆਪਣੀ ਨੇਵੀ ਯੂਜ਼ ਕਰ ਰਹੀ ਹੈ ਜਾਂ ਆਰਮੀ ਯੂਜ਼ ਕਰੇ ਜਾਂ 에어 ਫੋਰਸ ਯੂਜ਼ ਕਰੇ ਉਹਨਾਂ ਦੇ ਲਈ ਰੂਲ ਐਪਲੀਕੇਬਲ ਨਹੀਂ ਹੈਗੇ ਕਾਫੀ ਟਾਈਪ ਦੇ ਦੇਖੋ ਡਰੋਨ ਹੁੰਦੇ ਆ ਜਿਹੜਾ ਡਰੋਨ 250 ਗ੍ਰਾਮ ਤੋਂ ਛੋਟਾ ਹੋਵੇ ਉਹਨੂੰ ਨੈਨੋਗ੍ਰਾਮ ਨੈਨੋ ਡਰੋਨ ਕਹਿੰਦੇ ਆ ਜਿਹੜਾ 250 ਗ੍ਰਾਮ weight ਤੋਂ ਉੱਪਰ ਹੋਵੇ ਪਰ 2 ਕਿਜੀ weight ਤੋਂ ਘੱਟ ਹੋਵੇ ਉਹਨੂੰ ਕੀ ਕਹਿੰਦੇ ਆ ਮਾਈਕਰੋ ਠੀਕ ਹੈ ਨਾ ਸਮਾਲ ਕੈਟਾਗਰੀ ਦੇ ਵਿੱਚ ਕਿਹੜੇ ਆ ਜਾਂਦੇ 2 ਕਿਲੋ ਤੋਂ ਉੱਪਰ ਐਂਡ 25 ਕਿਲੋ ਤੋਂ ਘੱਟ ਵਾਲੇ ਮੀਡੀਅਮ ਦੇ ਵਿੱਚ ਕਿਹੜੇ ਆ ਜਾਂਦੇ 25 ਕਿਲੋ ਤੋਂ ਉੱਪਰ ਵਾਲੇ ਐਂਡ 150 ਤੋਂ ਘੱਟ ਵਾਲੇ ਐਂਡ ਲਾਰਜ ਕੈਟਾਗਰੀ ਦੇ ਵਿੱਚ ਕਿਹੜੇ ਆ ਜਾਂਦੇ ਆ 150 ਕਿਜੀ ਤੋਂ ਉੱਪਰ ਦੀ ਕੈਪੈਸਿਟੀ ਵਾਲੇ ਠੀਕ ਹੈ ਜੀ ਸੋ ਅੱਗੇ ਹੈਗਾ ਜੀ ਕਿ ਪੰਜਾਬ ਗਵਰਨਮੈਂਟ ਨੇ ਸਕੂਲ ਆਫ ਇਮੀਨੈਂਸ ਸਕੀਮ ਲਾਂਚ ਕੀਤੀ ਹੈ ਠੀਕ ਹੈ ਜੀ ਆਪਾਂ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਸਕੂਲਾਂ ਦੇ ਉੱਪਰ ਐਜੂਕੇਸ਼ਨ ਦੇ ਉੱਪਰ ਐਂਡ ਹੈਲਥ ਉੱਪਰ ਕਾਫੀ ਖਰਚਾ ਕਰੀਆ ਉਸੇ ਕੜੀ ਦੇ ਤਹਿਤ ਹੀ ਸਕੂਲ ਆਫ ਇਮਬੀਨੈਂਸ ਲਾਂਚ ਕੀਤੇ ਗਏ ਆ ਇਹਦੇ ਵਿੱਚ ਕੀ ਹੈ ਜੀ ਕਿ 117 ਜਿਹੜੇ ਕਰੰਟ ਸਕੂਲ ਹੈਗੇ ਆ ਉਹਨਾਂ ਨੂੰ ਅਪਗ੍ਰੇਡ ਕੀਤਾ ਜਾਊਗਾ ਵਧੀਆ ਇਨਫਰਾਸਟ੍ਰਕਚਰ ਲੈ ਕੇ ਆਂਦਾ ਜਾਊਗਾ ਹੋਰ ਬਹੁਤ ਵਧੀਆ ਫੈਸਿਲਿਟੀਆਂ ਲੈ ਕੇ ਆਂਦੀਆਂ ਜਾਣਗੀਆਂ ਠੀਕ ਹੈ ਨਾ ਸੋ ਫੇਸ 1 ਦੇ ਵਿੱਚ ਸਿਰਫ 117 ਸਕੂਲ ਜਿਹੜੇ ਹੈਗੇ ਆ ਉਹ ਅਪਗ੍ਰੇਡ ਕੀਤੇ ਜਾਣਗੇ ਇਨ੍ਹਾਂ ਸਕੂਲਾਂ ਦੇ ਵਿੱਚ ਕੀ ਹੈਗਾ ਕਿ 9ਵੀਂ ਤੋਂ ਲੈ ਕੇ 12ਵੀਂ ਕਲਾਸ ਤੱਕ ਜਿਹੜੇ ਵਿਦਿਆਰਥੀ ਆ ਉਹਨਾਂ ਉੱਪਰ ਸਪੈਸ਼ਲ ਏਮਫਸਿਸ ਕੀਤਾ ਜਾਊਗਾ ਫਰਸਟ ਫੇਸ ਦੇ ਵਿੱਚ ਕੀ ਹੋਊਗਾ ਕਿ ਜਿਹੜੀਆਂ ਐਡਮਿਸ਼ਨ ਹੋਣਗੀਆਂ ਨਾ ਉਹ 9ਵੀਂ ਤੇ 11ਵੀਂ ਦੇ ਵਿੱਚ ਹੀ ਹੋਣਗੀਆਂ ਐਂਡ ਐਡਮਿਸ਼ਨ ਦਾ ਸ ਦੇਖੋ ਇੰਟਰੈਂਸ ਟੈਸਟ ਜਿਹੜਾ ਹੈਗਾ ਉਹ ਹੋਊਗਾ ਇਸ ਲਾਵਾ ਦੇਖੋ ਕਮੇਟੀਜ਼ ਫਾਰਮ ਕੀਤੀ ਗਈਆਂ ਗਈਆਂ ਇਸ ਸਕੂਲਾਂ ਦੇ ਲਈ ਸਟੇਟ ਲੈਵਲ ਤੇ ਕਮੇਟੀ ਫਾਰਮ ਕੀਤੀ ਗਈ ਹੈ ਡਿਸਟ੍ਰਿਕਟ ਲੈਵਲ ਤੇ ਕਮੇਟੀ ਫਾਰਮ ਕੀਤੀ ਗਈ ਹੈ ਐਂਡ ਸਕੂਲ ਲੈਵਲ ਤੇ ਕਮੇਟੀ ਜਿਹੜੀ ਹੈਗੀ ਹੈ ਉਹ ਫਾਰਮ ਕੀਤੀ ਗਈ ਹੈਗੀ ਠੀਕ ਹੈ ਜੀ ਹੁਣ ਤੁਸੀਂ ਇਹ ਦੇਖ ਲੈਣਾ ਕਿ ਇਹ ਕਮੇਟੀਆਂ ਕਿਹਦੇ ਕਿਹਦੇ ਅੰਦਰ ਦਾ ਵੀਡੀਓ ਨੂੰ ਪਾਸ ਕਰਕੇ ਹੁਣ ਇਹਨਾਂ ਸਕੂਲਾਂ ਦੇ ਵਿੱਚ ਦੇਖੋ ਫੋਕਸ ਕਿਤੇ ਕਿਤੇ ਕੀਤਾ ਜਾਊਗਾ ਸਾਇੰਸ ਦੇ ਉੱਪਰ ਫੋਕਸ ਕੀਤਾ ਜਾਊਗਾ ਆਰਟਸ ਦੇ ਉੱਪਰ ਫੋਕਸ ਕੀਤਾ ਜਾਊਗਾ ਬੱਚਿਆਂ ਨੂੰ ਵਰਤੋਂ ਵੱਦ ਸਕਿਲਸ ਪ੍ਰਮੋਟ ਕਰਨ ਦੇ ਉੱਪਰ ਫੋਕਸ ਕੀਤਾ ਜਾਊਗਾ ਬੱਚਿਆਂ ਨੂੰ ਫੋਰਨ ਲੈਂਗੁਏਜ ਸਿਕਾਈਆਂ ਜਾਣਗੀਆਂ ਬੱਚਿਆਂ ਨੂੰ ਸਪੋਰਟਸ ਨੂੰ ਇਨਕਰੇਜ ਕੀਤਾ ਜਾਊਗਾ ਐਂਡ ਜਿਹੜੇ ਸਕੂਲ ਹੈਗੇ ਉੱਥੇ ਵਧੀਆ ਤੋਂ ਵਧੀਆ ਇਨਫਰਾਸਟ੍ਰਕਚਰ ਜਿਹੜਾ ਹੈਗਾ ਉਹ ਬਿਲਡ ਕੀਤਾ ਜਾਊਗਾ ਨੈਕਸਟ ਹੈਗਾ ਜੀ ਕਿ 89th ਡੈਥ ਐਨੀਵਰਸਰੀ ਸੇਵਾ ਸਿੰਘ ਠਿਕਰੀਵਾਲ ਦੀ ਪੰਜਾਬ ਸਰਕਾਰ ਦੁਆਰਾ ਮਨਾਈ ਗਈ ਸੀ ਠੀਕ ਹੈ ਜੀ ਭਗਵੰਤ ਮਾਨ ਜੀ ਸਪੈਸ਼ਲੀ ਠਿਕਰੀਵਾਲ ਪਿੰਡ ਗਏ ਸੀਗੇ ਠੀਕ ਹੈ ਪੰਜਾਬ ਸੀਐਮ ਨੇ ਦੇਖੋ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਸੀਗੀ ਹੁਣ ਦੇਖੋ ਜਿਹੜਾ ਠਿਕਰੀਵਾਲ ਪਿੰਡ ਹੈਗਾ ਇਹ ਬਰਨਾਲਾ ਡਿਸਟ੍ਰਿਕਟ ਦੇ ਵਿੱਚ ਪਿਆ ਜਾਂਦਾ ਇਹ ਵੀ ਤੁਹਾਡੇ ਲਈ ਇੰਪੋਰਟੈਂਟ ਹੈ ਹੁਣ ਸੇਵਾ ਸਿੰਘ ਠਿਕਰੀਵਾਲ ਜੀ ਦੇਖੋ ਪਰਜਾ ਮੰਡਲ ਮੂਵਮੈਂਟ ਨਾਲ ਰਿਲੇਟਡ ਸੀਗਾ ਪਰਜਾ ਦਾ ਮਤਲਬ ਦੇਖੋ ਹੈਗਾ ਜੀ ਆਮ ਹਨ ਆਮ ਲੋਕ ਸੋ ਸੇਵਾ ਸਿੰਘ ਠਿਕਰੀਵਾਲ ਦਾ ਇਹ ਮਕਸਦ ਸੀ ਕਿ ਆਮ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਵੱਤ ਤੋਂ ਜਿਹੜੀ ਆਜ਼ਾਦੀ ਆ ਉਹ ਦਵਾਈ ਜਾਵੇ ਜਿਹੜੀ ਇਹ ਮੂਵਮੈਂਟ ਹੈਗੀ ਹੈ ਵੈਸੇ ਇਹ ਬਾਬਾ ਖੜਕ ਸਿੰਘ ਦੁਆਰਾ ਸਟੈਬਲਿਸ਼ ਕੀਤੀ ਗਈ ਸੀ ਠੀਕ ਹੈ ਜੀ ਇਸ ਤਰ੍ਹਾਂ ਦੇਖੋ ਜੋ ਸੇਵਾ ਸਿੰਘ ਠਿਕਰੀਵਾਲ ਜੀ ਨੇ ਇਹ ਸਿੰਘ ਸਭਾ ਮੂਵਮੈਂਟ ਦੇ ਵੀ ਐਕਟਿਵ ਮੈਂਬਰ ਸੀਗੇ ਹੁਣ ਦੇਖੋ ਤੁਹਾਨੂੰ ਪੰਜਾਬ ਪੀਸਿਸ ਜਾਂ ਨੈਪ ਤਹਿਸੀਲਦਾਰ ਤੇ ਕੁਐਸਚਨ ਇੱਥੋਂ ਵੀ ਆ ਸਕਦਾ ਕਿ ਸੇਵਾ ਸਿੰਘ ਠਿਕਰੀਵਾਲ ਕਿਹੜੀ-ਕਿਹੜੀ ਇੰਸਟੀਟਿਊਸ਼ਨ ਜਾਂ ਮੂਵਮੈਂਟ ਨਾਲ ਰਿਲੇਟਡ ਸੀਗੇ ਤੋ ਉਹਨੂੰ ਇੱਕ ਨੰਬਰ ਪਾ ਕੇ ਆ ਦੇ ਸਕਦੇ ਆ ਦੋ ਨੰਬਰ ਪਾ ਕੇ ਆ ਦੇ ਸਕਦੇ ਆ ਫਿਰ ਤੁਹਾਨੂੰ ਚੂਸ ਕਰਨ ਨੂੰ ਕਹਿਣਗੇ ਓਨਲੀ 1 ਓਨਲੀ 2 ਬੋਥ অর ਨਨ ਆਫ ਥਿਸ ਠੀਕ ਹੈ ਜੀ ਸੋ ਜਦੋਂ ਇਹਨਾਂ ਨੂੰ ਦੇਖੋ ਇਹਨਾਂ ਦੀ ਐਕਟੀਵਿਟੀਜ਼ ਕਰਕੇ ਜੇਲ੍ਹ 'ਚ ਇਹਨਾਂ ਨੂੰ ਡੱਕ ਦਿੱਤਾ ਗਿਆ ਸੀਗਾ ਤਾਂ ਜੇਲ੍ਹ ਦੇ ਵਿੱਚ ਹੀ ਹੰਗਰ ਸਟ੍ਰਾਈਕ ਕਰਤੀ ਸੀ ਇਹਨਾਂ ਨੇ ਤੇ ਉੱਥੇ ਇਹਨਾਂ ਨੂੰ ਸ਼ਹੀਦੀ ਪ੍ਰਾਪਤ ਹੋਈ ਸੀ ਹੁਣ ਅਗਰ ਨੈਕਸਟ ਨਿਊਜ਼ ਇਹ ਹੈਗੀ ਹੈ ਜਿਕੇ ਪੰਜਾਬ ਪੀਐਮ ਅਜੇ ਸਕੀਮ ਦੇ ਵਿੱਚ ਕਾਫੀ ਪ੍ਰੋਗਰੈਸ ਕਰ ਰਿਹਾ ਹੈ ਪੀਐਮ ਅਜੇ ਸਕੀਮ ਦੇਖੋ ਜਿਹੜੀ ਹੈਗੀ ਹੈ ਉਦੀ ਫੁੱਲ ਫਾਰਮ ਆ ਪੀਐਮ ਅਨਸੂਚਿਤ ਜਾਤੀ ਅਭਿਉਦੇ ਯੋਜਨਾ ਠੀਕ ਹੈ ਜੀ ਹੁਣ ਦੇਖੋ ਤੁਹਾਨੂੰ ਇਥੋਂ ਇਹਦੀ ਫੁੱਲ ਫਾਰਮ ਬਾਰੇ ਵੀ ਕੁਐਸਚਨ ਆ ਸਕਦਾ ਐਂਡ ਤੁਹਾਨੂੰ ਇਹ ਵੀ ਕੁਐਸਚਨ ਆ ਸਕਦਾ ਕਿਹੜੇ ਡਿਪਾਰਟਮੈਂਟ ਔਰ ਮਿਨਿਸਟਰੀ ਦੇ ਅੰਦਰ ਇਹ ਹੈਗੀ ਆ ਤਾਂ ਇਹ ਹੈਗੀ ਡਿਪਾਰਟਮੈਂਟ ਆਫ ਸੋਸ਼ਲ ਜਸਟਿਸ ਐਂਡ ਏਮਪਾਵਰਮੈਂਟ ਨੈਕਸਟ ਹੈਗਾ ਜੀ ਕਿ ਪੰਜਾਬ ਨੇ 11 ਮੈਂਬਰ ਕਮੇਟੀ ਫਾਰਮ ਕੀਤੀ ਐ ਨਵੀਂ ਐਗਰੀਕਲਚਰ ਪੋਲਿਸੀ ਬਣਾਉਣ ਵਾਸਤੇ ਆ 11 ਮੈਂਬਰ ਜਿਹੜੇ ਹੈਗੇ ਆ ਉਹ ਇੰਪੋਰਟੈਂਟ ਆ ਐਂਡ ਪੰਜਾਬ ਕਿਹੜੀ ਨਵੀਂ ਪਾਲਿਸੀ ਲੈ ਕੇ ਆ ਰਿਹਾ ਹੈ ਇਹਦੇ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਇੱਥੇ ਵੀ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਠੀਕ ਹੈ ਜੀ ਸੋ ਹੁਣ ਜਿਹੜਾ ਰੀਸੈਂਟ ਇਕਨੋਮਿਕ ਸਰਵੇ ਰਿਲੀਜ਼ ਹੋਇਆ ਸੀਗਾ ਉਹਦੇ ਚ ਕੀ ਹੈਗਾ ਕਿ ਪੰਜਾਬ ਨੂੰ ਰਾਈਸ ਪ੍ਰੋਡਕਸ਼ਨ ਦੇ ਮਾਮਲੇ 3rd ਰੈਂਕ ਮਿਲਿਆ ਐਂਡ ਵੀਟ ਪ੍ਰੋਡਕਸ਼ਨ ਦੇ ਮਾਮਲੇ ਵਿੱਚ ਵੀ ਪੰਜਾਬ ਨੂੰ 3rd ਰੈਂਕ ਮਿਲਿਆ ਨੈਕਸਟ ਹੈਗਾ ਜੀ ਕਿ ਪੰਜਾਬ ਦੇ ਵੱਲੋਂ ਰੂਡ ਸੇਫਟੀ ਵੀਕ ਮਨਾਇਆ ਗਿਆ ਸੀਗਾ ਜਨਵਰੀ ਦੇ ਮਹੀਨੇ 11 ਜਨਵਰੀ ਤੋਂ ਲੈ ਕੇ 18 ਜਨਵਰੀ ਤੱਕ ਤਾਂ ਇੱਥੇ ਆਪਣੇ ਦੇਖੋ ਹੁਣ ਟ੍ਰਾਂਸਪੋਰਟ ਮਿਨਿਸਟਰ ਬਾਰੇ ਜਨਣਾ ਵੀ ਜ਼ਰੂਰੀ ਹੈ ਆਪਣੇ ਟ੍ਰਾਂਸਪੋਰਟ ਮਿਨਿਸਟਰ ਕੌਣ ਨੇ ਜੀ ਲਾਲਜੀਤ ਸਿੰਘ ਪੁੱਲਰਦੀ ਹੈਗੇ ਨੇ ਸੋ ਰੀਸੈਂਟਲੀ ਇੱਕ ਰਿਪੋਰਟ ਵੀ ਆਈ ਸੀਗੀ ਪੰਜਾਬ ਰੋਡ ਐਕਸੀਡੈਂਟ ਰਿਪੋਰਟ 2021 ਇਹਦੇ ਚ ਏਅਰ ਰਿਲੀਜ਼ ਹੋਇਆ ਸੀਗਾ ਕਿ ਪੰਜਾਬ ਦੇ ਵਿੱਚ ਡੇਲੀ ਰੋਡ ਐਕਸੀਡੈਂਟ ਦੇ ਕਰਕੇ 13 ਲੋਕ ਮਰ ਰਹੇ ਆ ਐਂਡ ਜੋ 13 ਲੋਕ ਮਰਦੇ ਉਹਨਾਂ 70% ਜਿਹੜੇ ਲੋਕ ਹੈਗੇ ਆ ਉਹ 18 ਤੋਂ ਲੈ ਕੇ 45 ਸਾਲ ਦੀ ਉਮਰ ਤੱਕ ਦੇ ਠੀਕ ਹੈ ਜੀ ਸੋ ਇੱਕ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਵੀ న్యూਸ ਦੇ ਵਿੱਚ ਰਹੀ ਸੀ ਜੀ ਸੋ ਇਹ ਯੂਨੀਵਰਸਿਟੀ ਕਿੱਥੇ ਲੋਕੇਟਡ ਹੈਗੀ ਹੁਸ਼ਿਆਰਪੁਰ ਦੇ ਵਿੱਚ ਇਹਦੇ ਬਾਰੇ ਤੁਹਾਨੂੰ ਪੇਪਰ ਤੇ ਕੁਐਸਚਨ ਪੁੱਛਿਆ ਜਾ ਸਕਦਾ ਸੋ ਹੁਣ ਆਪਾਂ ਆਯੁਰਵੇਦ ਦੀ ਗੱਲ ਕੀਤੀ ਤਾਂ ਆਪਾਂ ਨੂੰ ਹੈਲਥ ਮਿਨਿਸਟਰ ਬਾਰੇ ਜਾਨਣਾ ਵੀ ਜ਼ਰੂਰੀ ਹੈ ਐਂਡ ਉਹ ਕੌਣ ਹੈ ਡਾਕਟਰ ਬਲਬੀਰ ਸਿੰਘ ਨਵੇਂ ਅਪਾਇੰਟ ਕੀਤੇ ਗਏ ਸੀ ਨੈਕਸਟ ਹੈਗਾ ਜੀ ਕਿ 83rd ਆਲ ਇੰਡੀਆ ਪ੍ਰੈਜ਼ਾਈਡਿੰਗ ਅਫੀਸਰ ਕਾਨਫਰੰਸ ਹੋਈ ਸੀ ਜੈਪੁਰ ਦੇ ਵਿੱਚ ਦੇਖੋ 83rd ਇਹ ਮਾਰਕ ਤੋਂ ਡੱਲੀ ਇੰਪੋਰਟੈਂਟ ਹੈ ਇਹਦੇ ਵਿੱਚ ਕਿ ਪੰਜਾਬ ਦੇ ਜਿਹੜੇ ਸਪੀਕਰ ਨੇ ਨਾ ਪੰਜਾਬ ਵਿਧਾਨ ਸਭਾ ਦੇ ਉਹਨਾਂ ਦਾ ਵੀ ਭਾਗ ਲਿਆ ਗਿਆ ਸੀ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਦੁਆਰਾ ਐਂਡ ਇਸ ਪ੍ਰੈਜ਼ਾਈਡਿੰਗ ਅਫੀਸਰ ਕਾਨਫਰੰਸ ਨੂੰ ਚੇਅਰ ਕੌਣ ਕਰਦਾ ਹੁੰਦੇ ਲੋਕ ਸਭਾ ਦੇ ਚੇਅਰਮੈਨ ਦੇਖੋ ਇਹਦੇ ਵਿੱਚ ਲੋਕ ਸਭਾ ਦੇ ਚੇਅਰਮੈਨ ਵੀ ਭਾਗ ਲੈਂਦੇ ਆ ਨਾ ਰਾਜ ਸਭਾ ਦੇ ਵੀ ਭਾਗ ਲੈਂਦੇ ਹੁੰਦੇ ਆ ਐਂਡ ਜਿਵੇਂ ਪੰਜਾਬ ਚ ਦਾ ਇਕੱਲੇ ਵਿਧਾਨ ਸਭਾ ਹੀ ਆ ਜਿੰਨਾ ਰਾਜਾਂ ਦੇ ਵਿਧਾਨ ਪਰਿਸ਼ਦ ਬਣੀ ਹੋਈ ਹੈ ਉਹਨਾਂ ਦੇ ਪ੍ਰੈਜਾਈਡਿੰਗ ਅਫਸਰ ਵੀ ਇੱਥੇ ਭਾਗ ਲੈਣਗੇ ਅੱਗੇ ਹੈਗਾ ਜੀ ਕਿ 20th ਮੀਟਿੰਗ ਆਫ ਨਾਰਦਰਨ ਜ਼ੋਨਲ ਕਾਉਂਸਲ ਸਟੈਂਡਿੰਗ ਕਮੇਟੀ ਨੂੰ ਪੰਜਾਬ ਦੁਆਰਾ ਅਟੈਂਡ ਕੀਤਾ ਗਿਆ ਸੀ ਹੁਣ ਦੇਖੋ ਜ਼ੋਨਲ ਕਾਉਂਸਲ ਜਿਹੜੀ ਹੁੰਦੀ ਹੈ ਮੈਂ ਤੁਹਾਨੂੰ ਪਹਿਲਾਂ ਹੀ ਵੈਸੇ ਦੱਸ ਚੁੱਕਾ ਪਿਛਲੀ ਵੀਡੀਓ ਦੇ ਵਿੱਚ ਹੁਣ ਫੇਰ ਦੱਸਣਾ ਚਾਹੁੰਦਾ ਕਿ ਇਹ ਸਟੇਚੂਟਰੀ ਬਾਡੀ ਹੁੰਦੀ ਹੈ ਅੰਡਰ ਸਟੇਟ ਰੀਆਰਗੇਨਾਈਜੇਸ਼ਨ ਐਕਟ ਆਫ 1956 ਸੋ ਇਸ ਤੋਂ ਲਾਵਾ ਇੱਕ ਆਪ ਹੋਰ ਕੌਂਸਲ ਦੀ ਵੀ ਗੱਲ ਕੀਤੀ ਸੀਗੀ ਠੀਕ ਹੈ ਨਾ ਇੰਟਰ ਸਟੇਟ ਕੌਂਸਲ ਦੀ ਉਹ ਕਿਹੜੀ ਬਾਡੀ ਹੁੰਦੀ ਹੈ ਉਹ ਆਰਟੀਕਲ 263 ਦੇ ਅੰਦਰ ਕਨਸਟੀਟਿਊਸ਼ਨਲ ਬਾਡੀ ਹੁੰਦੀ ਹੈ ਟੋਟਲ ਦੇਖੋ ਪੰਜ ਜੋਨਲ ਕੌਂਸਲ ਜਿਹੜੀਆਂ ਹੈਗੀਆਂ ਇਹ ਇਸ ਐਕਟ ਦੇ ਅੰਦਰ ਸਟੈਬਲਿਸ਼ ਕੀਤੀਆਂ ਨਾਰਦਰਨ ਸਦਰਨ ਈਸਟਰਨ ਵੈਸਟਰਨ ਐਂਡ ਸੈਂਟਰਲ ਆ ਪੰਜਾਬ ਕਿਹੜੇ ਦੇ ਅੰਦਰ ਆ ਜਾਂਦਾ ਜੀ ਨਾਰਦਰਨ ਦੇ ਅੰਦਰ ਆ ਜਾਂਦਾ ਪੰਜਾਬ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਰਾਜੇ ਦੇ ਵਿੱਚ ਭਾਗ ਲੈਂਦੇ ਆ ਹਰਿਆਣਾ ਭਾਗ ਲੈਂਦਾ ਦੇਖੋ ਜੰਮੂ ਕਸ਼ਮੀਰ ਭਾਗ ਲੈਂਦਾ ਮਤਲਬ ਅਧਿਸ਼ ਭਾਗ ਲੈਂਦਾ ਰਾਜਸਥਾਨ ਭਾਗ ਲੈਂਦਾ ਦਿੱਲੀ ਭਾਗ ਲੈਂਦਾ ਐਂਡ ਚੰਡੀਗੜ੍ਹ ਭਾਗ ਲੈਂਦਾ ਹੁਣ ਦੇਖੋ ਇਹ ਜਿਹੜੀ ਕੌਂਸਲ ਹੁੰਦੀ ਹੈ ਨਾ ਇਹਦੀ ਪ੍ਰਧਾਨਗੀ ਕੌਣ ਕਰਦਾ ਹੁੰਦਾ ਹੋਮ ਮਿਨਿਸਟਰ ਹੋਮ ਮਿਨਿਸਟਰ ਕਰਦਾ ਹੁੰਦਾ ਐਂਡ ਵਾਈਸ ਚੇਅਰਮੈਨ ਕੌਣ ਹੁੰਦਾ ਸਟੇਟ ਸੀਐਮ ਰੋਟੇਸ਼ਨ ਵਾਈਸ ਹੁੰਦਾ ਠੀਕ ਹੈ ਜਿਵੇਂ ਇੱਕ ਸਾਲ ਦੇ ਲਈ ਪੰਜਾਬ ਸੀਐਮ ਬਣ ਜਾਊਗਾ ਫਿਰ ਫਿਰ ਅਕਸਾ ਲਈ ਹਰਿੰਦਰ ਸੀਐਮ ਬਣ ਜਾਊਗਾ ਇਸ ਤਰ੍ਹਾਂ ਕਰਕੇ ਨੈਕਸਟ ਹੈਗਾ ਜੀ ਕਿ ਨੈਸ਼ਨਲ ਐਸਸੀ ਕਮਿਸ਼ਨ ਨੇ ਪੰਜਾਬ ਦੇ ਇੱਕ IAS ਅਫਸਰ ਦੇ ਵਿਰੁੱਧ ਜੋ ਆਰਡਰ ਇਹਨਾਂ ਨੇ ਰਿਲੀਜ਼ ਕੀਤਾ ਸੀਗਾ ਉਹ ਆਰਡਰ ਨੂੰ ਇਹਨਾਂ ਨੇ ਵਿਦਡਰੋ ਕਰ ਲਿਆ ਸੀਗਾ ਇਹਨਾਂ ਨੂੰ ਇਹ ਕਿਹਾ ਗਿਆ ਸੀਗਾ ਕਿ ਇਹਨੂੰ ਗ੍ਰਿਫਤਾਰ ਕਰਕੇ ਸਾਡੇ ਅੱਗੇ ਪੇਸ਼ ਕੀਤਾ ਜਾਵੇ ਠੀਕ ਹੈ ਜੀ ਸੋ ਨੈਸ਼ਨਲ ਐਸੇ ਕੁਇਸ਼ਨ ਜਿਹੜਾ ਹੈਗਾ ਜੀ ਦੇਖੋ ਆਰਟੀਕਲ 338 ਦੇ ਅੰਦਰ ਇੱਕ ਕਨਸਟੀਟਿਊਸ਼ਨਲ ਬਾਡੀ ਹੈ ਠੀਕ ਹੈ ਨਾ ਇਹਦੇ ਬਾਰੇ ਜ਼ਿਆਦਾ ਜਾਣਨ ਲਈ ਤੁਸੀਂ ਲక్ష్ਮੀ ਕੰਨ ਦੀ ਪੋਲੀਟੀ ਨੂੰ ਰੀਡ ਕਰਨਾ ਹੈਗਾ ਜਸਟ ਮੈਂ ਤੁਹਾਨੂੰ ਬਰੀਫ ਇਹਦੇ ਬਾਰੇ ਦੱਸੂਗਾ ਇੱਥੇ ਇਹਦੇ ਜਿਹੜੇ ਚੇਅਰਮੈਨ ਹੁੰਦੇ ਆ ਇੱਕ ਇਹਦਾ ਵਾਈਸ ਚੇਅਰਮੈਨ ਹੁੰਦਾ ਠੀਕ ਹੈ ਨਾ ਐਂਡ ਤਿੰਨ ਇਹਦੇ ਹੋਰ ਅਦਰ ਮੈਂਬਰ ਹੁੰਦੇ ਆ ਜਿਨ੍ਹਾਂ ਨੂੰ ਕਿ ਪ੍ਰੈਜ਼ੀਡੈਂਟ ਦੁਆਰਾ ਪੁਆਇੰਟ ਕੀਤਾ ਜਾਂਦਾ ਠੀਕ ਹੈ ਜੀ ਐਂਡ ਇਹ ਆਪਦੀ ਰਿਪੋਰਟ ਵੀ ਕਿਹਨੂੰ ਸਬਮਿਟ ਕਰਦਾ ਪ੍ਰੈਜ਼ੀਡੈਂਟ ਨੂੰ ਐਂਡ ਪ੍ਰੈਜ਼ੀਡੈਂਟ ਅੱਗੇ ਕਿਹਦੇ ਬਾਰੇ ਸਬਮਿਟ ਕਰਦਾ ਇਹਨਾਂ ਨੂੰ ਪਾਰਲੀਮੈਂਟ ਅੱਗੇ ਪੇਸ਼ ਕਰਦਾ ਅੱਗੇ ਹੈਗਾ ਜੀ ਕਿ ਮਿਨਿਸਟਰ ਆਫ ਹਾਰਟਿਕਲਚਰ ਫਰੀडम ਸੋਲਜਰ ਸਰਵਿਸਸ ਵੈਲਫੇਅਰ ਐਂਡ ਫੂਡ ਪ੍ਰੋਸੈਸਿੰਗ ਇਹ ਕੌਣ ਨੇ ਇਹ ਹੈਗਾ ਜੀ ਚੇਤਨ ਸਿੰਘ ਜੋੜਾ ਮਾਜਰਾ ਠੀਕ ਹੈ ਜੀ ਅੱਗੇ ਹੈਗਾ ਜੀ ਕਿ 5D ਸਟੈਚੂ ਇੱਥੇ 5D ਇੰਪੋਰਟੈਂਟ ਆ ਆਫਸਰ ਦਾਰਪਖਤ ਸਿੰਘ ਜਿਹੜਾ ਹੈਗਾ ਉਹ ਮਹਾਲੀ 에ਅਰਪੋਰਟ ਨੇੜੇ ਇੰਸਟਾਲ ਕੀਤਾ ਜਾਊਗਾ 5D ਇੱਥੇ ਇੰਪੋਰਟੈਂਟ ਆ ਐਂਡ ਕਿਹਦਾ ਕੀਤਾ ਜਾਊਗਾ ਭਗਤ ਸਿੰਘ ਦਾ ਠੀਕ ਹੈ ਜੀ ਅੱਗੇ ਹੈਗਾ ਜੀ ਕਿ ਪੰਜਾਬ ਵਾਟਰ ਸਪਲਾਈ ਮਿਨਿਸਟਰ ਨੇ ਪਾਰਟਿਸਿਪੇਟ ਕੀਤਾ ਜੀਗਾ ਫਰਸਟ ਆਫ ਇਟਸ ਕਾਈਂਡ ਨੈਸ਼ਨਲ ਵਾਟਰ ਐਫੀਸ਼ੀਐਂਸੀ ਕਾਨਫਰੰਸ ਦੇਖੋ ਜੀ ਆਪਾਂ ਨੂੰ ਇਹ ਚੀਜ਼ ਦਾ ਪਤਾ ਕਿ ਪਾਣੀ ਆਪਣੇ ਖੇਤ ਲਈ ਕਿੰਨਾ ਜ਼ਿਆਦਾ ਜ਼ਰੂਰੀ ਹੈ ਨਾ ਮਨੁੱਖ ਦੇ ਜਿਉਂਦਿਆਂ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਸਪੈਸ਼ਲੀ ਪੰਜਾਬ ਦੇ ਵਿੱਚ ਆਪਾਂ ਨੂੰ ਪਤਾ ਪਾਣੀ ਪ੍ਰਦੂਸ਼ਿਤ ਬਹੁਤ ਹੋ ਚੁੱਕਿਆ ਐਂਡ ਵਾਟਰ ਦਾ ਲੈਵਲ ਹੀ ਬਹੁਤ ਜ਼ਿਆਦਾ ਡਾਊਨ ਹੋ ਰਿਹਾ ਸੋ ਇਸੇ ਕਰਕੇ ਹੀ ਜਿਹੜੀ ਵਾਟਰ ਐਫੀਸ਼ੀਐਂਸੀ ਕਾਨਫਰੰਸ ਆ ਉਹ ਸੈਂਟਰਲ ਗਵਰਨਮੈਂਟ ਵੱਲੋਂ ਆਰਗੇਨਾਈਜ਼ ਕੀਤੀ ਗਈ ਹੈ ਸੋ ਥੈਟ ਕਿ ਵਾਟਰ ਦੀ ਐਫੀਸ਼ੀਐਂਸੀ ਨੂੰ ਵੱਧ ਤੋਂ ਵੱਧ ਵਧਾਇਆ ਜਾ ਸਕੇ ਇਹਦੇ ਚ ਜੋ ਆਪਣੇ ਵਾਟਰ ਸਪਲਾਈ ਮਿਨਿਸਟਰ ਆ ਬ੍ਰਹਮ ਜੇਮਪਾ ਜੀ ਉਹਨਾਂ ਦਾ ਵੀ ਭਾਗ ਲਿਆ ਗਿਆ ਸੀਗਾ ਐਂਡ ਇਹਦੇ ਥੀਮ ਕੀ ਸੀ ਕਿ ਜੀ ਵਾਟਰ ਵਿਜ਼ਨ ਐਟ ਦੀ ਰੇਟ 2047 ਨੈਕਸਟ ਹੈਗਾ ਜੀ ਕਿ ਪੰਜਾਬ ਸੈਂਟਰ ਆਫ ਐਕਸੀਲੈਂਸ ਫਾਰ ਅਨੀਅਨ ਸੈਟਅਪ ਕਰੂਗਾ ਕਿੱਥੇ ਕਰੂਗਾ ਸੰਗਰੂਰ ਦੇ ਪਿੰਡ ਖੇੜੀ ਦੇ ਵਿੱਚ ਠੀਕ ਹੈ ਜੀ ਐਂਡ ਕਿਹਦੇ ਨਾਲ ਕੋਲਾਬੋਰੇਸ਼ਨ ਕਰਕੇ ਹੋਊਗਾ ਹੈ ਡੱਚ ਗਵਰਨਮੈਂਟ ਨਾਲ ਇਹ ਬਹੁਤ ਇੰਪੋਰਟੈਂਟ ਹੈ ਅੱਗੇ ਹੈਗਾ ਜੀ ਕਿ ਆਪਣੇ ਸੀਐਮ ਨੇ ਦੇਖੋ ਨਵੇਂ ਸਾਲ ਤੇ ਗੁਰਦੁਆਰਾ ਸਿੰਘ ਸਹੀਦਾਂ ਜੋ ਸਹਾਣਾ ਦੇ ਵਿੱਚ ਹੈ ਮਹਾਲੀ ਵਿੱਚ ਉੱਥੇ ਆਪਦੀ ਜਿਹੜੀ ਪਹਿਲੇ ਚਰਨਾ ਹੈ ਨਾ ਪਹਿਲੇ ਦਿਨ ਉਹ ਪਾਏ ਸੀਗੇ ਸੋ ਸਾਲ ਦੇ ਪਹਿਲੇ ਦਿਨ ਉਹਨਾਂ ਨੇ ਉੱਥੇ ਜਾ ਕੇ ਮੱਥਾ ਟੇਕਿਆ ਆਪਾਂ ਇਹ ਕਹਿ ਸਕਦੇ ਹਾਂ ਠੀਕ ਹੈ ਜੀ ਸੋ ਜਿਹੜਾ ਇਹ ਗੁਰਦੁਆਰਾ ਦੇਖੋ ਇਹ ਜਥੇਦਾਰ ਹਨੂਮਾ ਸਿੰਘ ਦੀ ਯਾਦ ਚ ਬਣਾਇਆ ਗਿਆ ਸੀਗਾ ਐਂਡ ਜਥੇਦਾਰ ਹਨੂਮਾ ਸਿੰਘ ਦੀ ਆਪਣੇ ਕੀ ਯੋਗਦਾਨ ਆ ਕਿ ਇਹਨਾਂ ਨੇ ਜੋ ਐਂਗਲੋ ਸਿੱਖ ਵਾਰ ਹੋਈਆਂ ਸੀਗੀਆਂ ਨਾ ਉਹਨਾਂ ਦੇ ਵਿੱਚ ਬਹੁਤ ਬਹਾਦਰੀ ਦਿਖਾਈ ਸੀ ਤੇ ਸਿੱਧੀ ਪ੍ਰਾਪਤ ਕੀਤੀ ਸੀ ਤਾਂ ਉਹਨਾਂ ਦੀ ਯਾਦ ਚ ਇਹ ਗੁਰਦੁਆਰਾ ਜਿਹੜਾ ਹੈਗਾ ਉਹ ਸਟੈਬਲਿਸ਼ ਕੀਤਾ ਗਿਆ ਅੱਗੇ ਹੈਗਾ ਜੀ ਕਿ ਨੈਸ਼ਨਲ ਜੀਨੋਮ ਐਡੀਟਿੰਗ ਐਂਡ ਟ੍ਰੇਨਿੰਗ ਸੈਂਟਰ ਸੈਂਟਰ ਗਵਰਨਮੈਂਟ ਦੁਆਰਾ ਮਹਾਲੀ ਵਿਖੇ ਇਨੌਗੁਰੇਟ ਕੀਤਾ ਗਿਆ ਜੀ ਠੀਕ ਹੈ ਨਾ ਸੋ ਇਸ ਗੱਲ ਆ ਵੀ ਤੁਸੀਂ ਬਹੁਤ ਧਿਆਨ ਰੱਖਣਾ ਤੁਹਾਨੂੰ ਪੇਪਰ 'ਚ ਕੁਐਸਚਨ ਆ ਸਕਦਾ ਅੱਗੇ ਜੀ ਸੀਐਮ ਵੱਲੋਂ ਆਪਾਨੂੰ ਪਤਾ ਕਿ 26 ਜਨਵਰੀ ਦੇ ਦਿਨ ਇਹ ਅਨਾਉਂਸ ਕੀਤਾ ਗਿਆ ਸੀਗਾ ਕਿ ਬਠਿੰਡਾ ਪੰਜਾਬ ਦਾ ਪਹਿਲਾ ਡਿਸਟ੍ਰਿਕਟ ਹੋਊਗਾ ਜਿੱਥੇ ਕਿ ਇਲੈਕਟ੍ਰਿਕ ਬੱਸਾਂ ਚੱਲਣਗੀਆਂ ਇਹ ਵੀ ਤੁਹਾਨੂੰ ਇਪਰ ਤੇ ਕੁਐਸਚਨ ਪੁੱਛਿਆ ਜਾ ਸਕਦਾ ਹੈ ਇਸ ਇਲਾਵਾ 26 ਜਨਵਰੀ ਦੇਖੋ ਪਦਮ ਸ਼੍ਰੀ ਅਵਾਰਡ ਪੰਜਾਬ ਦੇ ਇਮਿਨੈਂਟ ਸਕਾਲਰ ਨੂੰ ਪ੍ਰੋਵਾਈਡ ਕੀਤਾ ਗਿਆ ਸੀਗਾ ਐਂਡ ਉਹ ਹੈਗਾ ਜੀ ਡਾਕਟਰ ਰਤਨ ਸਿੰਘ ਜੱਗੀ ਜੀ ਠੀਕ ਹੈ ਜੀ ਸੋ ਇਸ ਤੋਂ ਇਲਾਵਾ ਜੀ ਇੱਕ ਜਿਹੜੀ ਸਕੀਮ ਉਹ ਭਗਵਾਨ ਤਮਾਨ ਸਰਕਾਰ ਲਾਂਚ ਕਰੂਗੀ ਉਹਦਾ ਨਾਂ ਹੈਗਾ ਪੰਜਾਬ ਔਨ 휠 ਸਕੀਮ ਇਹਦੇ ਅੰਡਰ ਕੀ ਹੈ ਕਿ ਪੰਜਾਬ ਚਾਰ ਟ੍ਰੇਨਾਂ ਇੰਡੀਅਨ ਗਵਰਨਮੈਂਟ ਤੋਂ ਪਰਚੇਜ਼ ਕਰ ਲੂਗਾ ਐਂਡ ਉਹਨਾਂ ਟ੍ਰੇਨਸ ਨੂੰ ਯੂਜ਼ ਕੀਤਾ ਜਾਊਗਾ ਕਿ ਜੋ ਮਾਲ ਪੰਜਾਬ ਦੇ ਪ੍ਰੋਡਿਊਸ ਹੁੰਦਾ ਉਹਨੂੰ ਬਾਹਰਲੇ ਰਾਜਾਂ ਤੱਕ ਪਹੁੰਚਾਉਣ ਦੇ ਲਈ ਠੀਕ ਹੈ ਜੀ ਸੋ ਇੱਕ ਨੈਕਸਟ ਜਿਹੜੀ ਇੰਪੋਰਟੈਂਟ ਨਿਊਜ਼ ਇਹ ਹੈਗੀ ਆ ਕਿ ਟਾਟਾ ਸਟੀਲ ਇੰਡੀਆ ਕੰਟਰੀ ਦਾ ਸੈਕੰਡ ਲਾਰਜੇਸਟ ਜਿਹੜਾ ਪਲਾਂਟ ਆ ਉਹ ਲੁਧਿਆਣਾ ਵਿੱਚ ਸਟੈਬਲਿਸ਼ ਕਰੂਗੀ ਐਂਡ ਲਾਸਟ ਵਨ ਹੈਗਾ ਜੀ ਕਿ ਐਨਐਸ ਪਰਵਾਣਾ ਜੀ ਜਨਵਰੀ ਦੇ ਮਹੀਨੇ ਇਸ ਸੰਸਾਰ ਤੋਂ ਵਲਬਜਾ ਕਰਕੇ ਐਂਡ ਐਨ ਐਸ ਪਰਮਾਨਾ ਜੀ ਕੌਣ ਸੀਗੇ ਜੀ ਪੰਜਾਬ ਦੇ ਸੀਨੀਅਰ ਜਰਨਲਿਸਟ ਸੀਗੇ ਠੀਕ ਹੈ ਜੀ ਸੋ ਇਹ ਸੀਗੇ ਜਨਵਰੀ 2023 ਦੇ ਕਰੰਟ ਅਫੇਅਰ ਜੇ ਤੁਹਾਡੇ ਪੇਪਰ ਦੇ ਪੁਆਇੰਟ ਆਫ ਥੀ ਫਿਰ ਤੋਂ ਕਾਫੀ ਜ਼ਰੂਰੀ ਨੇ ਸੋ ਇਹਨਾਂ ਨੂੰ ਧਿਆਨ ਨਾਲ ਲਰਨ ਕਰ ਲਿਓ ਠੀਕ ਹੈ ਜੀ ਐਂਡ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰ ਦਿਓ ਸੋ ਥੈਟ ਕਿ ਬਾਕੀ ਬੱਚੇਨਾਂ ਤੱਕ ਵੀਡੀਓ ਪਹੁੰਚੇ ਐਂਡ ਉਹ ਵੀ ਆਪਦਾ ਐਗਜ਼ਾਮ ਦੀ ਵਧੀਆ ਪ੍ਰੈਪਰੇਸ਼ਨ ਕਰ ਸਕਣ ਥੈਂਕ ਯੂ